ਵਧਦੇ ਅਗਲੀ ਖਬਰ ਵੱਲ। ਖਡੂਰ ਸਾਹਿਬ ਹਲਕੇ ਵਿੱਚ ਜ਼ਿਮਨੀ ਚੋਣ ਇਸ ਸਮੇਂ ਅਕਾਲੀ ਦਲ ਲਈ ਵਕਾਰ ਦਾ ਸਵਾਲ ਮੰਨਿਆ ਜਾ ਰਿਹਾ। ਪਰ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ, ਜਿੱਤ ਦੇ ਦਾਅਵੇ ਕਰ ਰਹੇ ਅਕਾਲੀ ਦਲ ਦੀਆਂ ਮੁਸ਼ਕਲਾਂ 'ਚ ਵੀ ਵਾਧਾ ਹੁੰਦਾ ਦਿਖਾਈ ਦੇ ਰਿਹਾ। ਕਾਰਨ ਹੈ ਕਿ ਵੱਖੋ ਵੱਖਰੇ ਵਿਭਾਗਾਂ ਦੇ ਕਰਮਚਾਰੀ ਖਡੂਰ ਸਾਹਿਬ ਪਹੁੰਚ ਕੇ ਰੋਸ ਮੁਜ਼ਾਹਰੇ ਕਰ ਰਹੇ ਨੇ। ਦੇਖੋ ਕਿੰਝ ਸਰਕਾਰੀ ਡਾਕਟਰਾਂ ਨੇ ਜਾਗੋ ਕੱਢ ਕੇ ਕੀਤਾ ਪੰਜਾਬ ਸਰਕਾਰ ਖਿਲਾਫ਼ ਰੋਹ ਜ਼ਾਹਰ। ਜਾਗੋ ਦੀ ਇਹ ਆਵਾਜ਼ ਖਡੂਰ ਸਾਹਿਬ ਹਲਕੇ 'ਚ ਸੁਣਨ ਨੂੰ ਮਿਲੀ। ਇਹ ਜਾਗੋ ਕਿਸੇ ਵਿਆਹ ਲਈ ਪਿੰਡ ਨੂੰ ਜਗਾਉਣ ਵਾਸਤੇ ਨਹੀਂ, ਸਗੋਂ ਸੁੱਤੀ ਪਈ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਕੱਢੀ ਜਾ ਰਹੀ ਹੈ। ਇਹ ਦਾਅਵਾ ਜਾਗੋ ਕੱਢਦੇ ਹੋਏ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਨੇ ਕੀਤਾ, ਜਿਨ੍ਹਾਂ ਦਾ ਕਹਿਣਾ ਕਿ ਲੱਖਾਂ ਰੁਪਏ ਫੀਸਾਂ ਲੈ ਕੇ ਡਾਕਟਰੀ ਦੀ ਪੜ੍ਹਾਈ ਕਰਨ ਮਗਰੋਂ ਅੱਜ ਸਰਕਾਰ ਉਹਨਾਂ ਨੂੰ 15,000 ਰੁਪਏ ਪ੍ਰਤੀ ਮਹੀਨਾ ਦੇ ਕਰੀਬ ਤਨਖਾਹ ਦੇ ਕੇ ਕੋਝਾ ਮਜ਼ਾਕ ਕਰ ਰਹੀ ਹੈ। ਮੰਤਰੀ ਜੀ ਜਿਹੜੇ ਆ ਨਾ, ਉਹ ਤਾਂ ਵੈਸੇ ਬਹੁਤ ਆਪਣੀ ਵੱਲੋਂ ਤਾਂ ਕਹਿ ਰਹੇ ਆ ਵੀ ਮੈਂ ਬਹੁਤ ਧਿਆਨ ਦੇ ਰਿਹਾ, ਪਰ ਕਿਤੇ ਨਾ ਕਿਤੇ ਜ਼ਰੂਰ ਆ, ਕਿਉਂਕਿ ਸਖਤੀ ਇਹਦੇ ਵਿੱਚ ਨਹੀਂ ਵਰਤੇ। ਅੱਜ ਅਫਸਰਸ਼ਾਹੀ ਦਾ ਬੋਲਬਾਲਾ ਵਾ, ਅਫਸਰਸ਼ਾਹੀ ਜਿਹੜੀ ਆ ਸਰਕਾਰ ਨੂੰ ਮਿਸਗਾਈਡ ਕਰ ਰਹੀ ਆ ਸੇਵਾਵਾਂ ਦੇ ਪ੍ਰਤੀ, ਜਦੋਂ ਕਿ ਉਹ ਅਸਲੀਅਤ ਹੋ ਰਿਹਾ ਅਤੇ ਲੋਕ ਕਹਿ ਰਿਹਾ ਹੋਰ। ਅੱਜ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਦਾ ਵਾਂ, ਇੰਨੀ ਡਾਕਟਰਾਂ ਦੀ ਘਾਟ ਆ, ਤਰਨ ਤਾਰਨ ਜ਼ਿਲ੍ਹਾ ਵਾ 16 ਇੱਥੇ ਜਨਾਨਾ ਰੋਗਾਂ ਦੇ ਮਾਹਰ ਦੀਆਂ ਪੋਸਟਾਂ ਨੇ, ਇਸ ਵੇਲੇ ਇੱਕ ਜਨਾਨਾ ਰੋਗ ਮਾਹਰ ਜਿਹੜੀ ਆ ਕੰਮ ਕਰ ਰਹੀ, 15 ਡਾਕਟਰਾਂ ਦੀ ਜਿਹੜਾ ਵਾ ਉਹ ਘਾਟ ਕੌਣ ਪੂਰੀ ਕਰੂਗਾ। ਇੱਥੇ ਜ਼ਿਕਰਯੋਗ ਹੈ ਕਿ ਖਡੂਰ ਸਾਹਿਬ ਵਿਖੇ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਅਤੇ ਇਸ ਦੌਰਾਨ ਅਕਾਲੀ ਦਲ ਵੱਲੋਂ ਪਹਿਲਾਂ ਹੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਨੇ। ਇਸੇ ਲਈ ਖਡੂਰ ਸਾਹਿਬ ਹਲਕੇ ਵਿੱਚ ਪਹੁੰਚ ਕੇ ਮੰਗਾਂ ਪੂਰੀਆਂ ਨਾ ਕਰ ਰਹੀ ਸਰਕਾਰ ਨੂੰ ਜਗਾਉਣ ਲਈ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਰੋਸ ਵਿਖਾਵੇ ਕੀਤੇ ਜਾ ਰਹੇ ਨੇ। ਬਿਊਰੋ ਰਿਪੋਰਟ, ਗਲੋਬਲ ਪੰਜਾਬ ਟੀਵੀ।